ਯਾਰ ਦੇਖੋ ਕਿੰਨੀ ਖੁੱਡੀ ਪਈ ਹੈਗੀ ਜੇ ਕੰਮ ਕਾਰ ਹੀ ਠੱਪ ਹੋ ਗਏ ਜੇ ਕੀ ਕਰਨਾ ਹੈਗਾ ਜੀ ਕੰਮ ਦਾ ਸਾਰਾ ਭੱਠਾ ਪੈ ਗਿਆ ਜੇ ਕੰਮ ਦਾ ਹੀ ਸਾਰਾ ਸਾਰੀ ਲੋਹੜੀ ਦਾ ਮਜ਼ਾ ਜਿਹੜਾ ਵੀ ਆ ਸਾਰਾ ਹੀ ਮਾਰਾ ਗਿਆ ਵਾ ਲੋਕ ਇਹੀ ਕਹਿੰਦੇ ਪਏ ਆ ਕਿ ਮੀਂਹ ਨਹੀਂ ਹਟਣਾ ਨਾ ਬਾਰਿਸ਼ ਹਟਣੀ ਆ ਤੇ ਕਿੱਦਾਂ ਧੁੱਪ ਧੁੱਪ ਲੱਗਦੀ ਹੈ ਨਿਆਰੇ ਲੈਣੇ ਜਾਂ ਕਿੱਦਾਂ ਹੁਣ ਮਾਰਾ ਲੱਗਦੀ ਤੇ ਵਧੀਆ ਹੈਗਾ ਸੀ ਮਾਰਾ ਧੁੱਪ ਲਾਵੇ ਵਧੀਆ ਵਾ ਤੇ ਕੰਮ ਕਾਰੀ ਠੱਪ ਕਰਕੇ ਰੱਖਤਾ ਜੇ ਮੀਂਹ ਕਦੋਂ ਸ਼ੁਰੂ ਹੋਇਆ ਵਾ ਨਹੀਂ ਸਵੇਰ ਦਾ ਚਾਲੂ ਹੋ ਗਿਆ ਜੇ 7 ਵਜੇ ਦਾ ਤੇ ਬਾਰਿਸ਼ ਦਾ ਮੌਸਮ ਆ ਬਾਰਿਸ਼ ਹਟੇ ਜਾਂ ਨਾ ਹਟੇ ਇਹਦਾ ਹੁਣ ਕਹਿ ਨਹੀਂ ਸਕਦੇ ਬਾਕੀ ਲੋਕ ਇਹੀ ਗੱਲ ਕਹਿੰਦੇ ਪਏ ਆ ਕਿ ਬਾਰਿਸ਼ ਸਾਰੀ ਰਾਤ ਤੱਕ ਮਿਲਦੀ ਰਹੂਗੀ ਲੰਮਾ ਲੰਮਾ ਸਮਾਂ ਪੈ ਰਿਹਾ ਮੀ ਜੀ ਲੰਮੇ ਸਮੇਂ ਦਾ ਪੈ ਰਿਹਾ ਮਾਰਾ ਲੋਹੜੀ ਤਿਉਹਾਰ ਦਾ ਮਜ਼ਾ ਕਿੱਕਰਾ ਹੋਇਆ ਸਾਰਾ ਸਾਰਾ ਕਿੱਕਰਾ ਮਾਰਾ ਮਜ਼ਾ ਖਰਾਬ ਹੋ ਗਿਆ ਮੇਰਾ ਬਾਕੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਲੋਕਾਂ ਨੇ ਡੀਜੇ ਲਿਆਂਦਾ ਇਹ ਗੁੱਡੀਆਂ ਡੋਰਾਂ ਵੀ ਲਿਆਂਦੀਆਂ ਵਾ ਸਾਰਿਆਂ ਮੁੰਡਿਆਂ ਨੇ ਰਲ ਰੁਲ ਕੇ ਡੀਜੇ ਡੂਜੇ ਲਿਆਂਦਾ ਗੁੱਡੀਆਂ ਵੀ ਲਿਆਂਦੀਆਂ ਸਾਰਾ ਮਜ਼ਾ ਹੀ ਮਾਰਿਆ ਗਿਆ ਲੋਹੜੀ ਦਾ ਬਾਕੀ ਮੀਂਹ ਪੈ ਗਿਆ ਅੱਜ ਲੋਹੜੀ ਦਾ ਤਿਆਰ ਜੀ ਕਿੱਦਾਂ ਫੀਲ ਹੁੰਦੇ ਤੁਹਾਨੂੰ ਹੁਣ ਮਾਰਾ ਯਾਰ ਦੇਖੋ ਕਿੰਨੀ ਖੁੱਡੀ ਪਈ ਹੈਗੀ ਜੇ ਕੰਮ ਕਾਰ ਹੀ ਠੱਪ ਹੋ ਗਏ ਜੇ ਕੀ ਕਰਨਾ ਹੈਗਾ ਜੀ ਕੰਮ ਦਾ ਸਾਰਾ ਭੱਠਾ ਪੈ ਗਿਆ ਜੇ ਕੰਮ ਦਾ ਹੀ ਸਾਰਾ ਅਤੇ ਕਿੱਦਾਂ ਧੁੱਪ ਧੁੱਪ ਲੱਗਦੀ ਹੈ ਨਿਆਰੇ ਲੈਣੇ ਜਾਂ ਕਿੱਦਾਂ ਹੁਣ ਮਾਰਾ ਲੱਗਦੀ ਤੇ ਵਧੀਆ ਹੈਗਾ ਸੀ ਮਾਰਾ ਧੁੱਪ ਲਾਵੇ ਵਧੀਆ ਵਾ ਤੇ ਕੰਮ ਕਾਰੀ ਠੱਪ ਕਰਕੇ ਰੱਖਤਾ ਜੇ ਮੀਂਹ ਕਦੋਂ ਸ਼ੁਰੂ ਹੋਇਆ ਵਾ ਨਹੀਂ ਸਵੇਰ ਦਾ ਚਾਲੂ ਹੋ ਗਿਆ ਜੇ 7 ਵਜੇ ਦਾ ਹੀ ਲੰਮਾ ਸਮਾਂ ਪੈ ਰਿਹਾ ਮੀਂਹ ਜੀ ਲੰਮੇ ਸਮੇਂ ਦਾ ਪੈ ਰਿਹਾ ਮਾਰਾ ਲੋਹੜੀ ਤਿਉਹਾਰ ਦਾ ਮਜ਼ਾ ਕਿੱਕਰਾ ਹੋਇਆ ਸਾਰਾ ਸਾਰਾ ਕਿੱਕਰਾ ਮਾਰਾ ਮਜ਼ਾ ਖਰਾਬ ਹੋ ਗਿਆ ਮੇਰਾ ਲੋਹੜੀ ਦਾ ਤਿਉਹਾਰ ਬਸ ਕਹਿਣ ਦੀ ਕਹਿਣਾ ਕੀ ਚਾਹੁੰਦੇ ਹਾਂ ਕਿ ਸਾਰੀ ਲੋਹੜੀ ਦਾ ਮਜ਼ਾ ਜਿਹੜਾ ਵੀ ਆ ਸਾਰਾ ਹੀ ਮਾਰਾ ਗਿਆ ਵਾ ਲੋਕ ਇਹੀ ਕਹਿੰਦੇ ਪਏ ਆ ਕਿ ਮੀਂਹ ਨਹੀਂ ਹਟਣਾ ਨਾ ਬਾਰਿਸ਼ ਹਟਣੀ ਆ ਅਤੇ ਬਾਰਿਸ਼ ਦਾ ਮੌਸਮ ਆ ਬਾਰਿਸ਼ ਹਟੇ ਜਾਂ ਨਾ ਹਟੇ ਇਹਦਾ ਹੁਣ ਕਹਿ ਨਹੀਂ ਸਕਦੇ ਬਾਕੀ ਲੋਕ ਇਹੀ ਗੱਲ ਕਹਿੰਦੇ ਪਏ ਆ ਕਿ ਬਾਰਿਸ਼ ਸਾਰੀ ਰਾਤ ਤੱਕ ਮਿਲਦੀ ਰਹੂਗੀ ਬਾਕੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਲੋਕਾਂ ਨੇ ਡੀਜੇ ਲਿਆਂਦਾ ਇਹ ਗੁੱਡੀਆਂ ਡੋਰਾਂ ਵੀ ਲਿਆਂਦੀਆਂ ਵਾ ਸਾਰਿਆਂ ਮੁੰਡਿਆਂ ਨੇ ਰਲ ਰੁਲ ਕੇ ਡੀਜੇ ਡੂਜੇ ਲਿਆਂਦਾ ਗੁੱਡੀਆਂ ਵੀ ਲਿਆਂਦੀਆਂ ਸਾਰਾ ਮਜ਼ਾ ਹੀ ਮਾਰਿਆ ਗਿਆ ਲੋਹੜੀ ਦਾ ਬਾਕੀ ਲੋਕਾਂ ਦਾ ਨੁਕਸਾਨ ਵੀ ਬਥੇਰਾ ਹੋਇਆ ਵਾ ਜਿਹੜੀ ਰੋਹ ਰਾਹ ਲੋਕਾਂ ਦੀ ਵਿਕਦੀ ਸੀ ਉਹ ਵੀ ਵਿਚਾਰਿਆਂ ਉਤਰਾ ਹੀ ਬੈਠੇ ਬੈਠੇ ਦੇ ਠੁੱਲੇ ਲਾ ਕੇ ਜੀ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ ਧਨ ਦੀ ਕਮੀ ਬਿਮਾਰੀ ਤੋਂ ਪਰੇਸ਼ਾਨੀ ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ